ਪੰਜਾਬੀ ਐਕਟਿਵ ਟੀਵੀ ਚੈਨਲ ਤੋਂ ਔਰ ਅਸੀਂ ਪਹੁੰਚੇ ਹੋਏ ਹਾਂ ਇਸ ਟਾਈਮ ਮਕਬੂਲਪੁਰਾ ਮਹਿਤਾ ਰੋਡ ਗਲੀ ਨੰਬਰ 5 ਔਰ ਜੋ ਵੀ ਇਲਾਕਾ ਨਿਵਾਸੀਆਂ ਵੱਲੋਂ ਇਸ ਲੰਗਰ ਨੂੰ ਉਪਰਾਲਾ ਕੀਤਾ ਆ ਔਰ ਵੱਖ ਵੱਖ ਜਗ੍ਹਾ 'ਤੇ ਜਾ ਕੇ ਇਸ ਲੰਗਰ ਨੂੰ ਪ੍ਰੋਵਾਈਡ ਕਰ ਰਹੇ ਨੇ ਔਰ ਆਓ ਤੁਹਾਨੂੰ ਉਹਨਾਂ ਨਾਲ ਮਿਲਾਉਣ ਜਾ ਰਹੇ ਹਾਂ। ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਲੰਗਰ ਲਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਕੋਈ ਪਹੁੰਚ ਨਹੀਂ ਰਿਹਾ, ਕੋਈ ਲੀਡਰ ਸਮੋਸਾ ਕੋਈ ਨਹੀਂ ਪਹੁੰਚ ਰਿਹਾ ਕਿਉਂਕਿ ਲੋਕਾਂ ਦੇ ਸਿਲੰਡਰ ਮੁੱਕ ਗਏ ਨੇ, ਲੋਕਾਂ ਦੇ ਘਰ ਚਾਹ ਨਹੀਂ ਬਣਦੀ, ਰੋਟੀ ਨਹੀਂ ਬਣਦੀ ਅਤੇ ਲੋਕ ਗਰੀਬ ਕਿੱਥੇ ਜਾਣ, ਇੱਥੇ ਭੁੱਖੇ ਥੋੜ੍ਹੀ ਮਰ ਜਾਣਾ ਲੋਕਾਂ ਨੇ। ਇਹ ਸਾਰੇ ਇਲਾਕੇ ਦੇ ਸਹਿਯੋਗ ਨਾਲ ਆਪਾਂ ਲੰਗਰ ਤਿਆਰ ਕੀਤਾ ਜਿਹੜਾ 3 ਦਿਨ ਚੱਲੇਗਾ ਵੱਖਰੇ ਵੱਖਰੇ, ਜਿਵੇਂ ਅੱਜ ਕੜੀ ਚੌਲ ਬਣਿਆ ਕੱਲ੍ਹ ਨੂੰ ਹੋਰ ਕੁਛ ਬਣੇਗਾ, ਠੀਕ ਆ ਨਾ। ਅਤੇ ਸਾਰਿਆਂ ਦੇ ਘਰ ਘਰ ਬੂਹਾ ਖੜਕਾ ਕੇ ਕਿਸੇ ਨੂੰ ਸੜਕ 'ਤੇ ਨਹੀਂ ਆਉਣ ਦੇਣਾ, ਕਿਸੇ ਬੱਚੇ ਨੂੰ ਗਲੀ ਦੇ ਮੁਹੱਲੇ 'ਚ ਨਹੀਂ ਆਉਣ ਦੇਣਾ। ਹਾਂਜੀ ਸਰ, ਸਰ ਕਿੰਨੇ ਕੁ ਦਿਨ ਚੱਲਣਾ ਹੈ ਤੁਹਾਡਾ ਲੰਗਰ? ਇਹ ਸਰ ਸਾਡਾ 3 ਦਿਨ ਲੰਗਰ ਚੱਲੇਗਾ, 3 ਤੋਂ 5 ਦਿਨ ਵੀ ਹੋ ਸਕਦਾ, 10 ਦਿਨ ਵੀ ਹੋ ਸਕਦਾ, ਜੇ ਕੋਈ ਇੱਥੇ ਨਾ ਕੋਈ ਆਇਆ ਅਧਿਕਾਰੀ ਤਾਂ ਲੰਗਰ ਨੂੰ ਅਸੀਂ ਵਧਾਵਾਂਗੇ। ਸਾਡੇ ਸਾਹਿਬ ਵੀ ਜਿੱਤ ਗਏ ਸੀ ਪਹਿਲਾਂ, ਸ਼ੇਰਾ ਵੀ 32 ਨੰਬਰ ਵਾਰਡ 'ਚੋਂ ਜਿੱਤ ਗਿਆ, ਉਹ ਵੀ ਸਾਡੇ ਇਲਾਕੇ ਦਾ ਕੋਈ ਸਵਾਰ ਕੇ ਨਹੀਂ ਗਿਆ। ਹੁਣ ਸਾਨੂੰ ਇਹੋ ਜਿਹੀ ਭੀੜੀ ਪਈ ਆ, ਭੀੜ ਪਈ ਆ, ਇਹੋ ਜਿਹਾ ਬਿਮਾਰੀ ਚੱਲ ਗਈ ਆ ਜਿਹੜੀ ਵੀ ਦੱਸ ਨਹੀਂ ਸਕਦੇ। ਮੇਰੇ ਹਾਲ MLA ਜਿਹੜਾ ਸੀ ਆਪਣਾ ਮੈਡਮ ਜੀ ਆ ਸਿੱਧੂ ਆ, ਇਹ ਸਾਡੇ ਇਲਾਕੇ 'ਚ ਪਹੁੰਚੇ ਨਹੀਂ, ਨਾ ਕਿਸੇ ਨੂੰ ਰਾਸ਼ਨ ਦਿੱਤਾ ਵਾ, ਅਤੇ ਜਦੋਂ ਵੀ ਇਹਦੇ ਚਿਮਚੇ ਜਿਹੜੇ ਆ ਆਉਂਦੇ ਇੱਥੇ ਲੈ ਕੇ ਅਤੇ ਸ਼ਰੋਪੇ ਗਲ 'ਚ ਪਾਉਂਦੇ ਆ, ਹੱਥ ਮਿਲਾਉਣ ਕੇ ਟੋਪੀਆਂ ਪਾਉਂਦੇ ਆ, ਅਤੇ ਸਾਡੇ ਇਲਾਕੇ ਦਾ ਹੁਣ ਤਾਂ ਸਰਦਾਰ ਨਹੀਂ ਕੀਤਾ ਗਿਆ। ਸਾਡੇ ਗਰੀਬਾਂ ਦੇ ਇਲਾਕੇ ਆ ਜਿਹੜੇ ਕੁਲਦੀਪ ਸਿੰਘ ਵਾ, ਸਰਦਾਰ ਅਮਰੀਕ ਸਿੰਘ ਆਪਣਾ ਮੋਰ ਪ੍ਰਧਾਨ, ਹੋਰ ਵੀ ਭੈਣ ਭਰਾਵਾਂ ਸਾਰੇ ਅੱਜ ਸਹਿਯੋਗ ਦੇ ਦਿੰਦੇ ਆ, ਅਤੇ ਜਿਹੜਾ ਵੀ ਆ ਰਾਸ਼ਨ ਵੰਡਣਗੇ ਘਰ ਪੈਕਡ ਕਰਕੇ ਦੇਵਾਂਗੇ, ਅਤੇ ਹੁੱਲੜਬਾਜ਼ੀ ਨਹੀਂ ਚੱਲੂਗੀ। ਸੋਨੂੰ ਖਾਨਕੋਟ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।